ਸਤਿ ਸ਼੍ਰੀ ਅਕਾਲ ਜੀ। ਰੋਜ਼ਾਨਾ ਅੱਜ ਤੱਕ ਬਿਜ਼ਨਸ ਖਾਸ ਅਤੇ ਫਾਸਟ ਵੇ ਰਿਪੋਰਟ ਵੱਲੋਂ ਸਮੂਹ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਜਿਸ ਤਰ੍ਹਾਂ ਅਸੀਂ ਲਗਾਤਾਰ ਇਸ ਵੇਲੇ ਦੇਖ ਰਹੇ ਲੋਕ ਸਭਾ ਚੋਣ ਜਿਹੜਾ ਚੱਲ ਰਿਹਾ ਐਕਟੀਵੇਟ ਨੇ, ਹਰ ਪਾਰਟੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਨੇ ਕਿ ਜਿੱਤ ਆਪਣੀ ਹਾਸਿਲ ਕਰਨ ਲਈ ਡੋਰ ਟੂ ਡੋਰ ਪ੍ਰਚਾਰ ਕਰ ਰਹੇ। ਆਓ ਗੱਲਬਾਤ ਕਰਦੇ ਹਾਂ, ਸਾਡੇ ਨਾਲ ਜੁੜੇ ਹੈ ਸਤਪਾਲ ਭਗਤ ਜੀ, ਭਾਰਤ ਕੈਂਪ ਤੋਂ। ਸਰ ਨਮਸਕਾਰ ਸਰ, ਸਭ ਤੋਂ ਪਹਿਲਾਂ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ। ਦੇਖੋ ਜੀ, ਮੈਂ ਤਾਂ ਇਹ ਗਿਣਤੀ ਦਾ ਕਹਾਂਗਾ ਪਾਰਟੀਆਂ ਆਈਆਂ ਨੇ ਜੀ, ਆਪਾਂ ਸੈਂਟਰ ਸਰਕਾਰ ਨੂੰ ਵੋਟ ਕਰਨਾ ਹੈ ਜੀ। ਸੈਂਟਰ ਸਰਕਾਰ ਨੂੰ ਵੋਟ ਦੇਣੀ ਹੈ ਜੀ। ਵੋਟ ਉਹਨੂੰ ਦੇਣੀ ਹੈ ਕਿ ਜਿਹੜੀ ਸਰਕਾਰ ਵਧੀਆ ਚੱਲ ਰਹੀ ਹੈ ਜੀ। 50 ਸਾਲ ਤੋਂ ਪਹਿਲੇ ਇਹਨੇ ਕਾਂਗਰਸ ਚਲਾਈ ਹੈ, ਹੈਂ ਸਾਨੂੰ ਉਹਨਾਂ ਨੇ ਕੱਖ ਨਹੀਂ ਪੱਲੇ ਪਾਇਆ, ਮਤਲਬ ਕੱਖ ਨਹੀਂ ਪੱਲੇ ਪਾਇਆ। ਇਸ ਕਰਕੇ ਮੈਂ ਕਹਿੰਦਾ ਕਿ ਮੋਦੀ ਸਰਕਾਰ ਨੂੰ 10 ਸਾਲ ਹੋਇਆ ਆਇਆ। ਮਤਲਬ ਦੇਖੋ, ਇਹਨਾਂ ਨੇ 20 ਨੰਬਰ 'ਤੇ ਪਹਿਲੇ ਆਈ ਆਪਣਾ ਹਿੰਦੁਸਤਾਨ ਜਿਹੜਾ ਸੀਗਾ, ਉਹਨਾਂ ਨੇ 3 ਨੰਬਰ 'ਤੇ ਲੈਣ ਲਾਇਆ। ਇੰਨੇ ਵਧੀਆ ਕੰਮ ਕਰ ਰਹੇ ਆ, ਐਡਾ ਵਧੀਆ ਪ੍ਰਧਾਨ ਮੰਤਰੀ ਮਿਲਿਆ ਆ। ਇਸ ਕਰਕੇ ਇਹਨੂੰ ਸੁਸ਼ੀਲ ਕੁਮਾਰ ਕੁਇਨ ਵੋਟ ਦਿਓ ਅਤੇ ਇਹਨੂੰ ਕਾਮਯਾਬ ਬਣਾਓ। ਇਹਨੂੰ ਕਾਮਯਾਬੀ ਦਿਓਗੇ ਤਾਂ ਮੋਦੀ ਕੋਲ ਜਾਊਗਾ ਅਤੇ ਮੋਦੀ ਕੋਲ ਕੁਛ ਨਾ ਕੁਛ ਲੈ ਕੇ ਆਊਗਾ। ਸਰ, ਜੇ ਗੱਲ ਕਰੀਏ ਸੁਸ਼ੀਲ ਕੁਮਾਰ ਰਿੰਕੂ ਦੇ ਬਾਰੇ, ਕਾਫੀ ਐਲੀਗੇਸ਼ਨ ਵੀ ਲੱਗ ਰਹੇ ਕਿ ਉਹਨਾਂ ਦਾ ਕੋਈ ਸਟੈਂਡ ਨਹੀਂ ਹੈ, ਇਸ ਬਾਰੇ ਤੁਹਾਡਾ ਕੀ ਕਹਿਣਾ? ਨਹੀਂ, ਸਟੈਂਡ ਦੀ ਗੱਲ ਕੋਈ ਨਹੀਂ ਹੈਗੀ। ਸਟੈਂਡ ਉਹਨਾਂ ਬੜਾ ਵਧੀਆ ਲਿਆ ਹੋਇਆ। ਸਟੈਂਡ ਉਹਨਾਂ ਇਹ ਲਿਆ ਹੈਗਾ, ਉਹਨਾਂ ਨੂੰ ਬੜੀ ਵਧੀਆ ਪਾਰਟੀ ਚੁਣੀ ਹੈ। ਇਹ ਪਾਰਟੀ ਉਹਨਾਂ ਨੂੰ 10 ਸਾਲ ਤੋਂ ਪਹਿਲੇ ਚੁਣਨੀ ਚਾਹੀਦੀ ਸੀਗੀ ਜੀ। ਇਹ ਗੱਲ ਕਰੀਏ, ਪਹਿਲਾਂ ਕਾਂਗਰਸ ਸੀਗਾ, ਉਹ ਬਾਅਦ 'ਚ ਫਿਰ ਆਪ 'ਚ ਆ ਗਏ, ਹੁਣ ਫਿਰ ਬੀਜੇਪੀ 'ਚ ਆ ਗਏ, ਅਤੇ ਕਹਿੰਦੇ ਕੋਈ ਸਟੈਂਡ ਤਾਂ ਇਹਨਾਂ ਹੋਣਾ ਚਾਹੀਦਾ। ਨਹੀਂ, ਸਟੈਂਡ ਇਸ ਬਾਰੇ ਤੁਹਾਡਾ ਕੀ ਵਿਚਾਰ? ਦੇਖੋ, ਆਮ ਪਾਰਟੀ ਵਿੱਚ ਉਹਨਾਂ ਨੇ ਕੱਖ ਨਹੀਂ ਕੀਤਾ ਹੈਗਾ ਜੀ। ਜੇ ਇਹਨੂੰ ਟਿਕਟ ਦੇ ਕੇ ਜਿੱਤ ਗਿਆ ਹੈ, ਲੋਕਾਂ ਨੇ ਵੋਟਾਂ ਪਾ ਦਿੱਤੀਆਂ, 2 ਵਾਰੀ ਇਹਨਾਂ ਨੇ ਲਾਰਾ ਲਾਇਆ ਆ ਕਿ ਦੇਖੋ ਤੁਹਾਨੂੰ 1000 ਰੁਪਏ ਪਾਵਾਂਗੇ, ਜੇ ਕਰਾਂਗੇ ਵੋ ਕਰਾਂਗੇ, ਪੈਸਿਆਂ ਨੂੰ ਕਿਤੇ ਪਾਏ ਨਹੀਂ, ਲਾਰਾ ਲਾ ਕੇ ਜਿੱਤ ਗਏ ਨੇ ਉਹ ਜੀ। ਹੈਂ, ਉਹ 3 ਵਾਰੀ ਇਹਨਾਂ ਦੀ ਜਿੱਤ ਨਹੀਂ ਸੀ ਹੈਗੀ ਜੀ। 3 ਕਰਕੇ ਇਹਨਾਂ ਨੂੰ 3 ਵਾਰੀ ਇਹਨਾਂ ਦੀ ਜਿੱਤ ਨਹੀਂ ਹੈਗੀ, ਇਹਨਾਂ ਵੋਟਾਂ ਨਹੀਂ ਪੈਣੀ ਹੈਗੀਆਂ। ਇਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਨੇ ਵੇਖਿਆ ਕਿ ਕਿਹੜੀ ਪਾਰਟੀ ਅੱਛੀ ਆ, ਕਿਹੜੇ ਮੈਨੂੰ ਕੰਮ ਚੰਗੇ ਲੱਗ ਰਹੇ ਆ, ਉਸ ਪਾਰਟੀ ਨੂੰ ਇਹਨੇ ਪ੍ਰਜੋਸ਼ ਕਰ ਲਿਆ ਮਤਲਬ ਜੀ। ਉਸ ਪਾਰਟੀ ਨੇ ਟਿਕਟ ਦੇ ਦਿੱਤੀ ਉਹਨਾਂ ਨੂੰ। ਦੇਖੋ, ਕੰਮ ਉਹ ਸਾਰੇ ਲੈ ਰਹੇ ਆ ਬੀਜੇਪੀ ਕੋਲੋਂ, ਅਤੇ ਝਾੜੂ ਵਾਲੇ ਕੰਮ ਕਰ ਨਹੀਂ ਰਹੇ। ਝਾੜੂ ਵਾਲਿਆਂ ਨੇ 50 ਕਰੋੜ ਰੁਪਏ ਦੇ ਇਹਨੇ ਕੰਮ ਲਿਖ ਕੇ ਭੇਜੇ ਸਨ, ਇਹਨਾਂ ਕੰਮ ਉਹਦਾ 1 ਵੀ ਨਹੀਂ ਸਿਰੇ ਚਾੜਿਆ। ਅਤੇ ਇਸ ਕਰਕੇ ਉਹ ਕਹਿੰਦਾ ਮੈਂ 18 ਮਹੀਨੇ ਬਾਅਦ ਫਿਰ ਜਾਣਾ ਲੋਕਾਂ ਕੋਲ ਵੋਟਾਂ ਮੰਗਣ, ਮੈਂ ਕਿਹੜੇ ਹਾਲ ਨਾਲ ਵੋਟਾਂ ਮੰਗੂੰਗਾ। ਇਸ ਕਰਕੇ ਏਅਰਪੋਰਟ ਜਿਹੜਾ ਆ ਆਦਮਪੁਰ ਵਾਲਾ, ਇਹਨੇ ਚਾਲੂ ਕਰਾਇਆ। ਔਰ ਬੀਜੇਪੀ ਦੇ ਮੰਤਰੀ ਨੂੰ ਕਿਹਾ ਕਿ ਜਲੰਧਰ ਬੰਦੇ ਭਾਰਤ ਅੰਮ੍ਰਿਤਸਰ ਤੋਂ ਡਾਕਟਰੀ ਚੱਲੀ, ਉਹਨਾਂ ਦਾ ਸਟੇ ਇੱਥੇ ਹੈ ਨਹੀਂ ਸੀਗਾ, ਉਹਦਾ ਸਟੇ ਇਹਨਾਂ ਨੇ ਇੱਥੇ ਕਰਾਇਆ ਆ ਕੇ ਜਲੰਧਰ ਤੋਂ, ਉਹ ਵੀ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਕੀਤਾ। ਉਹਨੇ ਸੋਚਿਆ ਵੀ ਸਾਰੇ ਕੰਮ ਤਾਂ ਮੇਰੇ ਭਾਰਤੀ ਜਨਤਾ ਪਾਰਟੀ ਕਰ ਰਹੇ ਨੇ, ਅਤੇ ਮੈਂ ਵੀ ਝਾੜੂ ਪੋਕੀ ਨਾਲ ਹੈਗਾ ਆ। ਇਸ ਕਰਕੇ ਝਾੜੂ ਨੂੰ ਵੋਟਾਂ ਨਹੀਂ ਪਾਉਣੀਆਂ। ਕੁਛ ਵਾਅਦੇ ਇਹਨਾਂ ਕੀਤੇ ਹਨ 1000 ਰੁਪਇਆ ਪਾਉਣ ਦੇ, ਉਹ ਵੀ ਇਹਨਾਂ ਨੇ ਕੋਈ ਗੱਲ ਨਹੀਂ ਸਿਰੇ ਚਾੜੀ ਹੈਗੀ। ਇਸ ਕਰਕੇ ਰਿੰਕੂ ਨੇ ਕਿਹਾ ਵੀ ਇਹ ਪਾਰਟੀ ਛੱਡੀ ਚੰਗੀ ਆ। ਫਿਰ ਦੇਖੋ, 28 ਪਾਰਟੀਆਂ ਰਲ ਕੇ ਇਲੈਕਸ਼ਨ ਲੜੀਆਂ ਨੇ, ਬਾਹਰ ਇਹਨਾਂ ਦਾ ਝਾੜੂਆਂ ਦਾ ਸਮੋਤਾ ਹੈ, ਕਾਂਗਰਸ ਦਾ ਸਮੋਤਾ ਹੈ, ਇਹਨਾਂ ਦਾ ਪਤਾ ਹੀ ਨਹੀਂ ਪ੍ਰਧਾਨ ਮੰਤਰੀ ਕਿੰਨੇ ਬਣਨਾ ਵਾ। ਸਾਡਾ ਇਹਨਾਂ ਦੇ ਪਤਾ ਨਹੀਂ ਪ੍ਰਧਾਨ ਮੰਤਰੀ ਸਾਡਾ ਹੈਗਾ ਆ ਨਰਿੰਦਰ ਕੁਮਾਰ ਮੋਦੀ ਜੀ। ਅਤੇ ਇਸ ਕਰਕੇ ਮੈਂ ਕਹਿੰਦਾ 1-1 ਵੋਟ ਜਿਹੜੀ ਹੈ ਮੋਦੀ ਨੂੰ ਪਾ ਕੇ ਕੰਮ ਤਿਆਰ ਕੀਤਾ ਜਾਵੇ, ਅਤੇ ਫਿਰ ਇਹਨੂੰ ਇੱਕ ਮੌਕਾ ਹੋਰ ਦਿੱਤਾ ਜਾਵੇ। 15-7 ਸਾਲ ਲਗਾਤਾਰ ਚੱਲੇ ਇਹਦੇ ਕੰਮਾਂ 'ਤੇ, ਖੁਸ਼ ਹੋ ਕੇ ਲੋਕਾਂ ਨੂੰ ਵੋਟਾਂ ਪਾ ਰਹੇ ਨੇ। ਸੋ ਇਹ ਸਨ ਸਤਪਾਲ ਭਗਤ ਜੀ, ਜਿਹਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਓ ਅਸੀਂ ਹੋਰ ਵੀ ਮਧੂ ਜੀ ਮੌਜੂਦ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਮੈਮ ਨਮਸਕਾਰ ਸਰ, ਸਾਡੇ ਚੈਨਲ ਤੁਹਾਡਾ ਸਵਾਗਤ ਹੈ। ਮੈਮ, ਕਿੰਨਾ ਸਮਾਂ ਹੋਇਆ ਤੁਹਾਨੂੰ ਇਸ ਭਾਜਪਾ ਦੇ ਵਿੱਚ ਜੁਆਇਨ ਕੀਤੇ? ਸਰ, ਐਕਚੁਅਲੀ ਮੈਨੂੰ ਕੁਛ ਵੀ ਨਹੀਂ ਹੋਇਆ ਜੀ, ਬਟ ਇਹ ਹੈਗਾ ਕਿ ਮੈਂ ਕੁਛ ਦਿਨਾਂ ਦੇ ਵਿੱਚ ਹੀ ਮੋਦੀ ਸਾਹਿਬ ਨੂੰ ਇੰਨਾ ਸਮਝ ਪਾਈ ਹੈ ਕਿ ਅਗਰ ਉਹ ਜਿੱਤਦੇ ਹੈ ਤਾਂ ਸਾਡੇ ਇੰਡੀਆ ਵਾਸਤੇ ਬਹੁਤ ਵੱਡਾ ਲਾਭ ਹੈਗਾ। ਬਟ ਇਹ ਹੈਗਾ ਕਿ ਮੈਂ ਸਰ ਦਿਲ ਦੇ ਬਹੁਤ ਅੱਛੇ ਹੈਗੇ ਆ, ਕਾਂਗਰਸ ਸਰਕਾਰ ਵਿੱਚ ਹੈਗੇ ਸੀ ਪਰ ਉਹਨਾਂ ਨੂੰ ਬੈਨੀਫਿਟ ਨਹੀਂ ਕੁਛ ਮਿਲਿਆ ਕਿ ਸਾਡੇ ਵਾਸਤੇ ਕੁਛ ਕਰ ਸਕਣ। ਆਪ 'ਚ ਆਏ ਉਹਨਾਂ ਵਾਸਤੇ ਵੀ ਉਹਦੇ ਵਿੱਚ ਉਹ ਕੁਛ ਨਹੀਂ ਕਰ ਪਾਏ ਹੈਗੇ, ਕਿਉਂਕਿ ਉਹਨਾਂ ਨੂੰ ਸਪੋਰਟ ਨਹੀਂ ਦਿੱਤੀ ਝਾੜੂ ਵਾਲੇ ਨੇ। ਐਕਚੁਅਲੀ ਹੁਣ
ਮੈਂ ਕਹਿ ਰਹੀ ਹਾਂ ਮੋਦੀ ਦੇ ਨਾਲ ਆਇਆ, ਉਹਨਾਂ ਨੇ ਇੰਨਾ ਸਾਨੂੰ ਸਪੋਰਟ ਕੀਤਾ ਹੈਗਾ ਕਿ ਮੈਂ ਉਹਨੂੰ ਦਿਲੋਂ ਤੇ ਉਹ ਹੈ ਖੁਸ਼ ਹੈ ਕਿ ਅਸੀਂ ਉਹਦੇ ਘਰ ਜਦੋਂ ਮਰਜ਼ੀ ਚਲੇ ਜਾਈਏ ਉਹ ਸਾਡੀ ਹੈਲਪ ਵਾਸਤੇ ਹਮੇਸ਼ਾ ਖੜੇ ਰਹਿੰਦੇ ਆ। ਜੇ ਗੱਲ ਕਰੀਏ ਮੈਮ ਜਿਸ ਤਰ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਕਾਫੀ ਹੋ ਗਿਆ, ਮੋਦੀ ਸਾਹਿਬ ਨੇ ਮਹਿੰਗਾਈ ਬੜੀ ਕਰਤੀ, ਇਸ ਬਾਰੇ ਤੁਹਾਡਾ ਕੀ ਕਹਿਣਾ? ਸਰ ਐਕਚੁਅਲੀ ਦੇਖੋ ਜਦੋਂ ਅਸੀਂ ਪੁਰਾਣੇ ਜ਼ਮਾਨੇ 'ਚ ਉਦੋਂ 70 ਰੁਪਏ ਦੇ ਵਿੱਚ ਸਾਰਾ ਰਾਸ਼ਨ ਆ ਜਾਂਦਾ ਸੀ, ਹੁਣ ਜਿੱਦਾਂ ਜਿੱਦਾਂ ਹੁਣ ਸਾਰੀ ਡਿਜੀਟਲ ਚੀਜ਼ਾਂ ਬਣ ਰਹੀਆਂ, ਟੀਵੀ ਉਸ ਟਾਈਮ ਟੀਵੀ ਨਹੀਂ ਸੀ, ਕੁਛ ਨਹੀਂ ਸੀਗੇ, ਹੁਣ ਲੋਕਾਂ ਨੂੰ ਹਰ ਇੱਕ ਚੀਜ਼ ਦੀ ਸਹੂਲਤ ਹੈ, ਅਗਰ ਸਹੂਲਤ ਮਿਲ ਰਹੀ ਹੈ ਤਾਂ ਮਹਿੰਗਾਈ ਤਾਂ ਹੋਏਗੀ ਸਰ। ਦੇਖੋ ਸਰ ਹੁਣ ਸਿਲੰਡਰ ਅੱਗੇ 400 ਦਾ ਕਹਿ ਰਹੇ ਸੀਗੇ, ਹੁਣ ਕਹਿ ਰਹੇ ਹੈਗੇ 1000 ਰੁਪਏ ਦਾ ਹੈ। ਦੇਖੋ ਸਰ ਅੱਗੇ ਸਿਲੰਡਰ ਨਹੀਂ ਸੀ, ਲੋਕ ਅੱਗ ਬਾਲਦੇ ਸੀਗੇ, ਉਸ ਟਾਈਮ ਲੋਕਾਂ ਨੂੰ ਇਹ ਨਹੀਂ ਪਤਾ ਸੀ ਵੀ ਸਿਲੰਡਰ ਨਾਲ ਵੀ ਕੋਈ ਚੀਜ਼ ਹੁੰਦੀ ਹੈ, ਪਰ ਇਹ ਹੈਗਾ ਕਿ ਹੁਣ ਲੋਕ ਕਹਿੰਦੇ ਸਾਨੂੰ ਸਹੂਲਤ ਵੀ ਮਿਲੇ ਤਾਂ ਸਾਨੂੰ ਚੀਜ਼ ਵੀ ਸਸਤੀ ਮਿਲੇ। ਲੋਕ ਹੁਣ ਫੋਨ ਚਲਾਉਂਦੇ ਆ, ਠੀਕ ਹੈ, ਉਹਦੇ ਵਿੱਚ ਰੀਚਾਰਜ ਕਰਾਉਣ ਵਾਸਤੇ ਉਹਨਾਂ ਕੋਲ ਚਾਹੇ ਰੋਟੀ ਖਾਣ ਨੂੰ ਹੋਏ ਨਾ ਹੋਏ, ਉਹਨਾਂ ਨੇ ਕਹਿਣਾ ਸੀ 500 ਦਾ ਰੀਚਾਰਜ ਕਰਵਾਉਣਾ, ਆਪਣੇ ਜੋਬ ਤੋਂ ਛੁੱਟੀ ਕਰਕੇ ਝੂਠ ਬੋਲ ਕੇ ਸਿਰਫ ਮੋਦੀ ਸਾਹਿਬ ਨੂੰ ਦੇਖਣ ਗਈ ਸੀ, ਸਿਰਫ ਉਹਨਾਂ ਨੂੰ ਦੇਖਣ ਗਈ ਸੀ ਸਿਰਫ ਉਸ ਵਾਸਤੇ। ਮੈਂ ਉਹਨਾਂ ਦੀ ਬਹੁਤ ਬਹੁਤ ਵੱਡੀ ਫੈਨ ਹੈਗੀ ਹਾਂ, ਮੈਂ ਪਹਿਲਾਂ ਉਹ ਜਦੋਂ ਕਾਂਗਰਸ 'ਚ ਸੀ ਮੈਂ ਉਹਨਾਂ ਨੂੰ ਉਹ ਪਾਈ, ਉਸ ਬਾਅਦ ਉਹ ਝਾੜੂ 'ਚ ਚਲੇ ਗਏ ਮੈਂ ਉਹ 'ਚ ਪਾਈ, ਹੁਣ ਜਦੋਂ ਰਿੰਕੂ ਸਾਹਿਬ ਨੇ ਮੋਦੀ ਵਿੱਚ ਉਹਦੇ ਟੀਮ 'ਚ ਆਇਆ ਤਾਂ ਮੈਂ ਉਹਨਾਂ ਦਾ ਸਪੋਰਟ ਹੈਗੀ ਹਾਂਜੀ। ਦਰਸ਼ਨਾ ਜੀ ਜਿਸ ਤਰ੍ਹਾਂ ਇਸ ਵੇਲੇ ਕਿੰਨੇ ਕੈਂਡੀਡੇਟ ਖੜੇ ਆ, ਆਜ਼ਾਦ ਪਾਰਟੀ ਹੋ ਗਿਆ, ਬਾਕੀ ਵੱਖ ਵੱਖ ਪਾਰਟੀਆਂ ਵੀ ਖੜੀਆਂ, ਤੁਸੀਂ ਕਿਹੜੇ ਪਾਰਟੀ ਨੂੰ ਲਾਈਕ ਕਰਦੇ ਹੋ, ਕਿਹਨੂੰ ਜਿਤਾਉਣਾ ਚਾਹੋਗੇ? ਕਣਕ ਫ੍ਰੀ ਮਿਲਦੀ ਹੈ ਤੇ ਹੁਣ ਭਗਤ ਮਾਨ ਨੇ ਘਟਾਤੀ ਹੈ 4000 ਰੁਪਏ ਤੇ ਉਹ ਵੀ ਨਹੀਂ ਦਿੰਦੇ ਲੋਕਾਂ ਨੂੰ। ਅੱਛਾ, ਉਹ ਵੀ ਹਾਂਜੀ ਹਾਂ, ਨਸ਼ਾ ਇੰਨਾ ਵੀ ਹੁੰਦਾ ਹੈ ਕੈਂਪ 'ਚ, ਲੋਕੀ ਸਾਰੇ ਅੱਜ ਕੱਲ੍ਹ ਨਸ਼ਾ ਇੰਨਾ ਕਰਦੇ ਨੇ, ਉਹ ਤੇ ਵੈਸੇ ਚਾਹੀਦਾ ਨਾ ਇਹਨਾਂ ਨੂੰ ਬੰਦ ਕਰਾਉਣਾ। ਹਾਂਜੀ, ਤੇ ਇਹਨਾਂ ਚੀਜ਼ਾਂ ਕਰਕੇ ਹੀ ਤੁਸੀਂ ਮਤਲਬ ਕਿ ਰਿੰਕੂ ਜੀ ਨੂੰ ਜਿਤਾਉਣਾ ਚਾਹੋਗੇ, ਤੁਸੀਂ ਆਪਣੇ ਘਰ ਬੀਜੇਪੀ ਦੇ ਮੇਨ ਹੈਗੇ? ਥੈਂਕ ਯੂ ਵੈਰੀ ਮੱਚ। ਸਾਡੇ ਨਾਲ ਜੁੜੇ ਨੇ ਰੀਤਿਕਾ ਭਗਤ ਜੀ, ਵਾਰਡ ਨੰਬਰ 45-45 ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਆਓ, ਰਿੰਕੂ ਜੀ ਪਹਿਲੇ ਕਾਂਗਰਸ ਪਾਰਟੀ 'ਚ ਐਂਟਰ ਕਰ ਰਹੇ ਸੀ, ਫਿਰ ਉਹ ਆਮ ਪਾਰਟੀ 'ਚ ਗਏ, ਫਿਰ ਉਹ ਬੀਜੇਪੀ ਗਏ, ਫਿਰ ਉਹ ਬੀਜੇਪੀ 'ਚ ਆਏ ਆ। ਬੀਜੇਪੀ 'ਚ ਉਹ ਇਸ ਲਈ ਆਏ ਕਿ ਉਹਨਾਂ ਦੇ ਆਮ ਪਾਰਟੀ 'ਚ ਕੋਈ ਕੰਮ ਨਹੀਂ ਹੋ ਰਹੇ ਸੀ ਜੀ, ਜੇ ਸਾਡਾ ਕੋਈ ਕਿਤੇ ਕੰਮ ਨਹੀਂ ਹੋਏਗਾ ਤਾਂ ਅਸੀਂ ਫਿਰ ਉਸ ਜਗ੍ਹਾ 'ਤੇ ਰਹਿ ਕੇ ਕੀ ਕਰਨਾ ਵੇ ਜੀ। ਸੋ ਮੈਮ ਜਿਸ ਤਰ੍ਹਾਂ ਅਸੀਂ ਦੇਖ ਪਾ ਰਹੇ ਹਾਂ ਕਿ ਇਸ ਵੇਲੇ ਕਾਫੀ ਲੋਕ ਐਕਟੀਵੇਟ ਨੇ, ਵੱਖ ਵੱਖ ਪਾਰਟੀਆਂ ਕਾਫੀ ਆਪਣੀਆਂ ਪ੍ਰਚਾਰ ਕਰ ਰਹੀਆਂ ਨੇ। ਦੇਖੋ ਜੀ, ਮੋਦੀ ਜੀ ਨੇ ਸਾਡੇ ਵਾਸਤੇ ਬਹੁਤ ਕੁਛ ਕੀਤਾ ਵਾ ਤੇ ਬਹੁਤ ਮਤਲਬ ਕਿ ਸਹੂਲਤਾਂ ਜਿਹੜੀਆਂ ਸਾਨੂੰ ਮੋਦੀ ਜੀ ਨੇ ਦਿੱਤੀਆਂ ਘਰ ਘਰ। ਹੁਣ ਅਸੀਂ ਕਹਿਣਾ ਚਾਹਵਾਂਗੇ ਕਿ
ਦੇਖੋ ਜੀ, ਮੋਦੀ ਤੇਰੀਆਂ ਸਕੀਮਾਂ ਨੇ ਕਿੰਨੀਆਂ ਰੌਣਕਾਂ ਲਗਾਈਆਂ। ਘਰ ਘਰ ਜਨਾਨੀਆਂ ਨੂੰ ਸਿਲੰਡਰ ਪਹੁੰਚਾਇਆ ਅਤੇ ਲੋਕਡਾਊਨ ਵਿੱਚ ਇਹਨਾਂ ਨੇ ਘਰ ਘਰ ਲੋਕਾਂ ਨੂੰ ਰਾਸ਼ਨ ਵੀ ਪਹੁੰਚਾਇਆ, ਪਲੱਸ 3 ਮਹੀਨੇ ਲੋਕਡਾਊਨ ਦੇ ਵਿੱਚ ਹਰ ਇੱਕ ਜਨਾਨੀ ਦੇ ਅਕਾਊਂਟ ਵਿੱਚ 500 ਰੁਪਈਆ ਵੀ ਪਾਇਆ ਮੋਦੀ ਜੀ ਨੇ। ਜਿਸ ਤਰ੍ਹਾਂ ਮੈਮ, ਜਿਸ ਤਰ੍ਹਾਂ ਹੁਣ ਤੁਸੀਂ ਕਿਹਾ 500 ਰੁਪਈਆ ਵੀ ਪਾਇਆ, ਅਤੇ ਇਸ ਵੇਲੇ ਦੇਖਿਆ ਜਾਵੇ ਤਾਂ ਪੈਟਰੋਲ ਡੀਜ਼ਲ ਜਿਹੜਾ ਇਹਨਾਂ ਦਾ ਕਾਫੀ ਰੇਟ ਉੱਪਰ ਤੱਕ ਜਾ ਚੁੱਕਾ ਹੈ, ਤੁਸੀਂ ਇਸ ਬਾਰੇ ਵੀ ਕੀ ਕਹਿਣਾ ਚਾਹੋਗੇ? ਤੁਸੀਂ ਪੈਟਰੋਲ ਡੀਜ਼ਲ ਦੀ ਗੱਲ ਕੀਤੀ ਹੈ, ਦੇਖੋ ਇਹ ਫੋਰਨ ਕੰਟਰੀ ਇਰਾਕ ਦੇ ਵਿੱਚ ਇੰਨੀ ਜ਼ਿਆਦਾ ਲੜਾਈ ਹੋ ਰਹੀ ਹੈ, ਸਾਰਾ ਕੱਚਾ ਮਟੀਰੀਅਲ ਤੇਲ ਵਗੈਰਾ ਤਾਂ ਉੱਥੇ ਹੀ ਆਉਂਦਾ, ਜੇ ਉੱਥੇ ਸਾਨੂੰ ਅੱਗੇ ਨਹੀਂ ਆਏਗਾ ਤਾਂ ਫਿਰ ਇੱਥੇ ਤਾਂ ਮਹਿੰਗਾਈ ਹੋਣੀ ਹੋਣੀ ਉਹਦੀ। ਦੇਖਣਾ ਤਾਂ ਬਹੁਤ ਜ਼ਿਆਦਾ ਵਧੀਆ ਕੀਤਾ ਜੀ, ਮੈਂ ਆਪ ਵੀ ਇਲੈਕਸ਼ਨ ਤੋਂ ਫ੍ਰੀ ਹੋ ਕੇ ਸਭ ਤੋਂ ਪਹਿਲੇ ਰਾਮ ਮੰਦਰ ਹੀ ਜਾਵਾਂਗੇ ਦੇਖਣ, ਅਤੇ ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਹੋਰ ਵੀ ਬਹੁਤ ਜ਼ਿਆਦਾ ਕੰਮ ਕੀਤੇ ਆ। ਕੁਛ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋਗੇ? ਇਹਨਾਂ ਨੇ ਘਰ ਘਰ ਸਿਲੰਡਰ ਪਹੁੰਚਾਏ ਆ, ਕੱਚੇ ਘਰ ਪੱਕੇ ਕੀਤੇ ਗਏ ਆ। ਮੇਰੀ ਵਾਰਡ ਦੇ ਵਿੱਚ ਕਾਫੀ ਘਰ ਸੀ ਜਿਹੜੇ ਬਾਲਿਆਂ ਵਾਲੇ ਸੀ, ਲੋਕਾਂ ਨੇ ਗ੍ਰਾਂਟਾਂ ਦੇ ਪੈਸੇ ਲੈ ਕੇ ਆਪਣੇ ਘਰ ਨੂੰ ਨਵੇਂ ਬਣਵਾਏ ਆ, ਬਲ ਲੈਂਟਰ ਪਾਏ ਗਏ ਉਹਨਾਂ ਉੱਤੇ, ਉਹਨਾਂ ਨੂੰ ਮਤਲਬ ਕਿ ਵਧੀਆ ਨਿਵਾਸ ਸਥਾਨ ਮਿਲ ਗਿਆ ਵਾ। ਅਤੇ ਪਿੰਡਾਂ ਵਿੱਚ ਜਿਹੜੀਆਂ ਔਰਤਾਂ ਸੀ ਉਹ ਸ਼ੋਸ਼ੋਲਿਆ ਕਰਨ ਬਾਹਰ ਜਾਂਦੀਆਂ ਸੀ, ਅਤੇ ਉਹਨਾਂ ਨੂੰ ਘਰ ਘਰ ਸ਼ੌਚਾਲਿਆ ਬਣਾ ਦਿੱਤਾ ਗਿਆ ਵਾ। ਤੁਹਾਨੂੰ ਇੱਕੋ ਹੀ ਅਪੀਲ ਕਰਨਾ ਚਾਹਾਂਗੀ ਕਿ ਸ਼ਨੀਵਾਰ ਨੂੰ ਨਹਾ ਧੋ ਕੇ ਸਭ ਤੋਂ ਪਹਿਲੇ ਆਪਣੇ ਪੂਜਾ ਪਾਠ ਕਰਕੇ, ਪੂਜਾ ਪਾਠ ਕਰਨ ਤੋਂ ਬਾਅਦ ਇੱਕ ਇੱਕ ਮੋਹਰ ਕਮਲ ਦੇ ਪੌਦੇ ਲਗਾ ਕੇ 400+ ਕਰਕੇ ਸ਼੍ਰੀ ਮਾਰੀ ਜੀ ਨੂੰ ਕਾਮਯਾਬ ਬਣਾਓ। ਦੇਖੋ ਜੀ, ਇੱਕ ਤਾਂ ਚੰਨੀ ਸਾਹਿਬ ਜੀ ਆਏ ਆ, ਨਾ ਤਾਂ ਉਹਨਾਂ ਦਾ ਕਿਸੇ ਨੂੰ ਕੋਈ ਪਤਾ ਹੈ, ਨਾ ਉਹਨਾਂ ਦਾ ਕੋਈ ਪਤਾ ਹੈ, 120 ਕਿਲੋਮੀਟਰ ਦੂਰੀ ਤੋਂ ਆਏ ਮੇਰੇ ਖਿਆਲ ਨਾਲ, ਮੈਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਕਿ ਚੰਡੀਗੜ੍ਹ ਰਹਿੰਦੇ ਜਾਂ ਰੋਪੜ ਰਹਿੰਦੇ ਆ, ਸੁਣਿਆ ਜੀ ਕੋਈ ਕਹਿੰਦਾ ਚੰਡੀਗੜ੍ਹ ਰਹਿੰਦਾ, ਕੋਈ ਕਹਿੰਦਾ ਰੋਪੜ ਰਹਿੰਦਾ। ਜੇ ਅਸੀਂ ਕੰਮ ਕਰਵਾਉਣਾ ਹੋਏਗਾ ਤਾਂ ਅਸੀਂ ਆਪਣੇ ਜੋ ਮਤਲਬ ਕਿ ਪਰਸਨ ਸਾਡੇ ਘਰ ਦੋ ਕਦਮ ਰਹਿਣ ਅਸੀਂ ਉਹਨਾਂ ਕੋਲ ਜਾਵਾਂਗੇ ਕੰਮ ਕਰਾਂ, ਨਾ ਕਿ ਐਡੀ ਉਹਨਾਂ ਕੋਲ ਜਾਵਾਂਗੇ ਕੰਮ ਕਰਵਾਉਣ ਜਿਨ੍ਹਾਂ ਦਾ ਸਾਨੂੰ ਇਲਾਕਾ ਪਤਾ ਨਹੀਂ ਹੋਏਗਾ। ਇੱਕ ਤਾਂ ਦੂਰ ਕੰਮ ਕਰਵਾਉਣ ਜਾਣ ਵਾਸਤੇ ਪਹਿਲਾਂ ਤਾਂ ਮੈਨੂੰ ਆਪਣੀ ਦਿਹਾੜੀ ਪੂਰੀ ਖਰਾਬ ਕਰਨੀ ਪਵੇਗੀ, ਪਲੱਸ ਆਟੋ ਬੱਸ ਦਾ ਕਿਰਾਇਆ ਲਗਾਉਣਾ ਪਵੇਗਾ, ਫਿਰ ਮੈਂ ਜਿੱਥੇ ਜਾਵਾਂਗੀ ਉੱਥੇ ਜਾ ਪਤਾ ਪਹਿਲੇ ਘਰ ਲੱਭਾਂਗੀ, ਫਿਰ ਮੈਨੂੰ ਵੋਟ ਕੀ ਪਾਣੀ ਆ, ਉਹ ਸਾਡੇ ਹਿੰਦੂ ਧਰਮ ਦਾ ਅਪਮਾਨ ਕਰ ਰਿਹਾ ਵਾ। ਪਿੱਛੇ ਜੀ ਮੈਂ ਬੜੀ ਵੀਡੀਓ ਵਾਇਰਲ ਹੁੰਦੀ ਦੇਖ ਰਹੀ ਹੈ ਕਿ ਉਹ ਕਿਤੇ ਵੋਟ ਮੰਗਣ ਗਏ ਹੈ, ਅਤੇ ਇੱਕ ਛੋਟੀ ਜਿਹੀ ਕੰਨੇ ਅਸੀਂ ਵਿਚਾਰੀ 15 ਤਕਰੀਬਨ ਦੇਖਣ 'ਚ ਲੱਗ ਰਹੇ ਸੀ ਕਿ ਜਿਸ ਤਰ੍ਹਾਂ ਉਹ ਹੈਗੀ ਹੈ 13-14 ਸਾਲਾਂ ਦੀ ਲੱਗ ਰਹੀ ਸੀ, ਉਹਨਾਂ ਨੇ ਉਹਦਾ ਮਤਲਬ ਕਿ ਸਤਿਕਾਰ ਕਰਨ ਵਾਸਤੇ ਉਹਨਾਂ ਨੂੰ ਤਿਲਕ ਲਗਾਉਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਕਿ ਉਹਨੂੰ ਤਿਲਕ ਨਾ ਲਗਾਇਆ ਜਾਵੇ। ਜੇ ਇਹ ਹਿੰਦੂ ਧਰਮ ਦਾ ਹੁਣੇ ਅਪਮਾਨ ਕਰ ਰਿਹਾ, ਤੁਹਾਡਾ ਬਾਅਦ ਵਿੱਚ ਕੀ ਸੋਚਣਗੇ ਦਿੱਲੀ ਸਾਥੀ ਬਾਰੇ? ਹੁਣ ਮੈਂ ਤੁਹਾਨੂੰ ਦੱਸਦੀ ਹਾਂ ਆਮ ਪਾਰਟੀ ਦੇ ਕੀ ਹੈ। ਆਮ ਪਾਰਟੀ ਨੇ ਕੀ ਕੀਤਾ ਸਾਡੇ ਵਾਸਤੇ, 1000 ਰੁਪਏ ਉਹਨੇ ਹਰ ਪਲੇਟ ਨੂੰ ਮੰਨਿਆ ਸੀ, ਜਦਕਿ 1000 ਰੁਪਏ ਕਿਸੇ ਨੇ ਵੀ ਨਹੀਂ ਪਾਇਆ। ਫਿਰ ਤੁਹਾਨੂੰ ਕਿਹਾ ਸੀ ਕਿ ਫ੍ਰੀ ਅਕਾਊਂਟ ਖੁਲਾਵਾਂਗੇ, ਜਦੋਂ ਮੈਂ ਅਕਾਊਂਟ ਖੁਲਾਉਣ ਗਈ ਮੇਰੇ ਆਪਣੇ ਅੱਖੀਂ ਮਤਲਬ ਮੇਰੀ ਖੁਦ ਹੱਥੀ ਦੱਸਦੀ ਹੈ ਕਿ ਜਦੋਂ ਮੈਂ ਅਕਾਊਂਟ ਖੁਲਾਉਣ ਗਈ ਮੇਰੇ ਕੋਲ ਇਹਨਾਂ ਨੇ 100 ਰੁਪਇਆ ਲਿਆ ਮੇਰੇ ਹੱਥੀਂ। ਜੇ ਮੈਨੂੰ ਪਤਾ ਹੁੰਦਾ ਇਹਨਾਂ ਨੇ 100 ਰੁਪਏ ਹੱਥੀਂ ਲੈਣਾ, ਮੈਂ ਕਦੀ ਅਕਾਊਂਟ ਖੁਲਾਉਣ ਨਹੀਂ ਜਾਣਾ ਹੈਗਾ। 100 ਰੁਪਇਆ ਹੱਥੀਂ ਲਿਆ, ਅਕਾਊਂਟ ਖੁਲਾਇਆ, ਹਫ਼ਤੇ ਬਾਅਦ ਮੈਨੂੰ ਕਾਪੀ ਮਿਲੀ, ਮੈਂ ਕਾਪੀ ਲੈ ਘਰ ਆਈ ਹਾਂ, ਬਕਾਇਦਾ ਮੈਨੂੰ ਬਾਅਦ ਫੋਨ ਆਉਣੇ ਸ਼ੁਰੂ ਹੋ ਗਿਆ ਜੀ, ਮੈਡਮ ਪਹਿਲੇ ਆਪਣੇ ਅਕਾਊਂਟ 1000 ਰੁਪਇਆ ਪਰ ਪੱਲਿਓ ਜਮ੍ਹਾਂ ਕਰਵਾਓ ਤਾਂ ਤੁਹਾਡਾ ਅਕਾਊਂਟ ਚੱਲੇਗਾ, ਨਹੀਂ ਤੁਹਾਡਾ ਅਕਾਊਂਟ ਬੰਦ ਹੋਏਗਾ। ਮੈਂ ਤੇ ਬੀਬੀ ਨੂੰ ਵੀ ਹੱਥ ਜੋੜੇ, ਭੈਣ ਲੈ ਮੇਰੇ ਹੱਥ, ਆਪਣਾ ਤੂੰ ਅਕਾਊਂਟ ਹੀ ਬੰਦ ਕਰ, ਮੈਂ ਨਹੀਂ 1000 ਰੁਪਇਆ ਪਾ ਸਕਦੀ। ਅਤੇ ਦੂਸਰੀ ਗੱਲ ਹੈ ਕਿ ਪਹਿਲੇ ਸਾਨੂੰ ਕਣਕ ਮਿਲਦੀ ਸੀ 30-30 ਕਿਲੋ ਮਿਲਦੀ ਸੀ ਇੱਕ ਪਰਸਨ ਦੀ, ਇਹਨਾਂ ਨੇ ਘਟਾ ਕੇ ਕਰ ਦਿੱਤੀ 15 ਕਿਲੋ ਪਰਸਨ। ਇਸ ਵਾਰੀ ਕਣਕ ਸਾਨੂੰ ਮਿਲੇ ਪਰ ਪਰਸਨ 10 ਕਿਲੋ। ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਅਗਲੀ ਵਾਰੀ ਸਾਨੂੰ ਕਣਕ ਜਿਹੜੀ ਇਸ ਵਾਰੀ ਮਿਲੀ 10 ਕਿਲੋ ਪਰ ਪਰਸਨ, ਅਗਲੀ ਵਾਰੀ ਸਾਨੂੰ ਮਿਲੀ 5 ਕਿਲੋ ਪਰ ਪਰਸਨ। ਇਸ ਤੋਂ ਅਗਲੀ ਵਾਰੀ ਸਾਡੇ ਕਾਟਾ ਵਿੱਚ ਨਾਮ ਹੀ ਕੱਟੇ ਜਾਣੇ ਕਾਟਾਂ ਦੇ ਵਿੱਚੋਂ, ਫਿਰ ਅਸੀਂ ਕਿੱਥੋਂ ਖਾਣੀ ਹੈ ਕਣਕ ਲੈ ਕੇ ਆਉਣਾ ਕੋਲੋਂ? ਇਹ ਤਾਂ ਸਭ ਕੁਛ ਆਪਣੇ ਘਰ ਭਰਨ 'ਤੇ ਲੱਗੇ ਹੋਏ ਆ, ਇਹਨਾਂ ਨੇ ਲੋਕਾਂ ਬਾਰੇ ਕੀ ਸੋਚਣਾ ਵੀ ਕਿ ਅਸੀਂ ਇੱਕ ਇੱਕ ਮੋਹਰ ਜਿਹੜੀ ਆ ਉਹ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਲਗਾਉਣੀ ਹੈ, ਤਾਂ ਜੋ ਉੱਪਰ ਵੀ ਸੈਂਟ, ਉੱਪਰ ਵੀ ਮੋਦੀ ਦੀ ਸਰਕਾਰ ਹੋਵੇ, ਥੱਲੇ ਵੀ।
ਦੋਨਾਂ ਪਾਸੇ ਇੱਕੋ ਹੀ ਸਰਕਾਰ ਹੋਵੇ ਤਾਂ ਜੋ ਅਸੀਂ ਆਪਣਾ ਕੰਮ ਨੂੰ ਢੰਗ ਨਾਲ ਕਰਵਾ ਸਕੀਏ ਉਹਨਾਂ ਕੋਲ ਜਾ ਕੇ। ਸੋ ਇਹ ਸਨ ਰੀਤਿਕਾ ਭਗਤ ਜੀ, ਭਾਜਪਾ ਕਾਰਿਆਕਰਤਾ, ਜਿਨ੍ਹਾਂ ਨੇ ਆਪਣੇ ਬਾਰੇ ਆਪਣਾ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਦਾ ਵਿਚਾਰ ਵੀ ਦੱਸੇ ਅਤੇ ਵੱਖ ਵੱਖ ਪਾਰਟੀਆਂ ਬਾਰੇ ਵੀ ਗੱਲਾਂ ਕੀਤੀਆਂ ਅਤੇ ਆਪਣੇ ਜਿਹੜੇ ਕਿ ਨਹੀਂ ਕੰਮ ਹੋਏ ਉਹ ਵੀ ਦੱਸੇ ਤੌਰ ਲੋਕਾਂ ਦੀ ਸਮੱਸਿਆ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਸਾਨੂੰ ਦੋ ਇਜਾਜ਼ਤ, ਅਸੀਂ ਅਸ਼ੋਕ ਭਗਤ ਜੀ ਦਾ ਬਹੁਤ ਧੰਨਵਾਦ ਕੈਮਰਾਮੈਨ।